ਕੱਤੇ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਸੁਖ ਦੁੱਖ ਦੀ ਪ੍ਰਾਪਤੀ ਦਾ ਕਾਰਨ ਹੁੰਦੇ ਨੇ ਅਤੇ ਸਰੀਰ ਉੱਤੇ ਦੁੱਖ ਦੇ ਆਆਂ ਹੋਰ ਕਿਸੇ ਮਨੁੱਖ ਨੂੰ ਦੋਸ਼ ਦੇਣਾ ਠੀਕ ਨਹੀਂ ਹੁੰਦਾ ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਕੱਤੇ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਬਚਨ ਇਹ ਜੀਵ ਜਿਹੜਾ ਨਾ ਜਿਵੇਂ ਜਿਵੇਂ ਕਰਮ ਕਮਾਉਂਦਾ ਉਮੇ ਉਮੇ ਫਲ ਭੋਗਦਾ ਕਿਸੇ ਨੂੰ ਦੂਜੇ ਨੂੰ ਦੋਸ਼ ਦੇਣਾ ਠੀਕ ਨਹੀਂ ਹੁੰਦਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾਹ ਮਹਾਰਾਜ ਕਹਿੰਦੇ ਫੇਰ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਪਰਮੇਸ਼ਰ ਤੋਂ ਭੁੱਲਣ ਕਰਕੇ ਜੀਵ ਨੂੰ ਸਾਰੇ ਰੋਗ ਆ ਲੱਗਦੇ ਨੇ ਜਿਹੜੇ ਘਰ ਦੇ ਵਿੱਚ ਮਾਲਕ ਨਾ ਰਹਿੰਦਾ ਹੋਵੇ ਉਹ ਘਰ ਦੇ ਵਿੱਚ ਫਿਰ ਮੱਕੜੀਆਂ, ਜਾਲੇ, ਚੂਹੇ, ਪਸ਼ੂ, ਪੰਛੀ ਸਭ ਵਾਸਾ ਕਰ ਲੈਂਦੇ ਨੇ, ਡੰਗਰ ਵੜ ਜਾਂਦੇ ਨੇ। ਕਿਉਂਕਿ ਉਹਦਾ ਮਾਲਕ ਹੀ ਕੋਈ ਨਹੀਂ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਨੂੰ ਭੁਲਾ ਕੇ ਇਕੱਲਾ ਬੈਠਾ ਜੀਵ ਸਭ ਨੂੰ ਪਤਾ ਹੈ ਹੁਣ ਇਹ ਛੱਡਿਆ ਛਡਾਇਆ ਜਿਹੀ ਤਾਂ ਹੈਗਾ। ਜਿਹੜਾ ਮਰਜ਼ੀ ਕਬਜ਼ਾ ਕਰ ਲਓ। ਹਰੇਕ ਕੋਈ ਉਹਦੇ ਉੱਤੇ ਫਿਰ ਰੋਗ ਵੀ ਹਮਲਾ ਕਰ ਦਿੰਦੇ ਨੇ। ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਜਿਹੜੇ ਬੰਦੇ RAM ਪਰਮੇਸ਼ਰ ਵਾਹਿਗੁਰੂ ਤੋਂ ਬੇਮੁਖ ਹੋਏ ਨੇ ਨਾ ਉਹਨਾਂ ਨੂੰ ਜਨਮਾਂ ਜਨਮਾਂ ਦੇ ਦੁੱਖ ਲੱਗ ਜਾਂਦੇ ਨੇ ਬੇਅੰਤ ਦੁੱਖ ਲੱਗ ਜਾਂਦੇ ਉਹਨਾਂ ਨੂੰ ਕਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਜਿੰਨੇ ਮਾਇਆ ਦੇ ਭੋਗ ਪਦਾਰਥ ਮਿੱਠੇ ਲੱਗਦੇ ਸੀ ਉਹ ਸਾਰੇ ਸਾਰੇ ਇੱਕ ਛਿੰਝ ਕੌੜੇ ਹੋ ਗਏ ਦੁੱਖਦਾਈ ਹੋ ਗਏ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵਿਸ ਸਾਈਂ ਬੱਜੋਂ ਆਪਣੇ ਵੇਦਨ ਕਹੀਆ ਕਿਸ ਮਹਾਰਾਜ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪ੍ਰਤੀਸ਼ਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਇਸ ਕਰਕੇ ਬਾਣੀ ਅੰਦਰ ਬਹੁਤ ਪੰਗਤੀਆਂ ਬਾਹਰ ਨੇ ਉਚਾਰਨ ਕੀਤੀਆਂ ਜਦੋਂ ਸਾਰੇ ਪਦਾਰਥ ਕੌੜੇ ਹੋ ਗਏ ਨੇ ਛੱਡ ਦਿੱਤੇ ਨੇ ਪਾਪ ਛੱਡ ਕੇ ਚੱਲੇ ਆ ਇੱਕ ਛਿੰਝ ਕੌੜੇ ਹੋ ਗਏ ਸਾਰੇ ਬਿਮਾਰੀਆਂ ਲੱਗ ਜਾਣ ਪਦਾਰਥ ਕੌੜੇ ਹੋ ਗਏ ਇਹ ਨਹੀਂ ਖਾ ਸਕਦਾ ਉਹ ਨਹੀਂ ਖਾ ਸਕਦਾ ਹੁਣ ਵਿੱਚ ਨਾ ਕੋਈ ਕਰ ਸਕੈ ਕਿਸਥਾ ਰੋ ਬਹਿ ਰੋਜ ਇਹ ਜੀਵ ਦੀ ਜਿਹੜੀ ਨੇ ਵਿੱਚ ਉਹ ਤੋਂ ਪਾਪ ਚੱਚੇ ਨੂੰ ਔਂਕੜ ਵਿੱਚੋਂ ਹੁੰਦੀ ਵਿਚੋਲਗੀ ਵਕੀਲੀ ਕੋਈ ਸ਼ਿਫਾਰਿਸ਼ ਨਹੀਂ ਕਰ ਸਕਦਾ ਕਿਹਦੇ ਅੱਗੇ ਜਾ ਕੇ ਰੋਜ਼ ਰੋਣਾ ਕਰੇ ਕਿਹਦੇ ਕਿਹਦੇ ਕੋ ਰੋਵੇ ਕਿੱਥੇ ਰੋਏਗਾ ਜਦ ਕੌੜੇ ਲੇਖ ਲਿਖਦਾ ਸੀ ਉਹਦਾ ਧਿਆਨ ਨਹੀਂ ਦਿੱਤਾ ਹੁਣ ਭੁਗਤਣੇ ਵੀ ਤੈਨੂੰ ਹੀ ਪੈਣੇ ਨੇ ਹੁਣ ਕਿੱਥੇ ਰੋਏਗਾ ਜਿਹਦੇ ਕੋਈ ਮਰਜ਼ੀ ਰੋਣੇ ਰੋਈ ਜਾਓ ਤਾਂ ਹਟਣੇ ਨਹੀਂ ਹੈ ਕਿਉਂਕਿ ਬੀਜੇ ਵੀ ਤੂੰ ਹੀ ਖਾਣੇ ਵੀ ਤੂੰ ਹੀ ਬਾਰੇ ਕਹਿੰਦੇ ਹੁਣ ਤਾਂ ਭਜਨ ਬੰਦਗੀ ਨਾਲ ਹੀ ਸਾਰਾ ਖਿਹੜਾ ਛੁੱਟਣਾ ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ ਇਹ ਜੀਵ ਦਾ ਆਪਣਾ ਕੀਤਾ ਹੋਇਆ ਕੁਝ ਨਹੀਂ ਹੁੰਦਾ ਇਹਦਾ ਸੰਜੋਗ ਵਿਜੋਗ ਧੁਰੋਂ ਹੀ ਲਿਖਿਆ ਇਹਦੇ ਕਰਮਾਂ ਦਾ ਸੰਜੋਗ ਧੁਰ ਤੋਂ ਹੀ ਲਿਖਿਆ ਗਿਆ ਵੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਜਦੋਂ ਵੱਡਿਆਂ ਭਾਗਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਨੇ ਮੇਰਾ ਵਾਹਿਗੁਰੂ ਜਦੋਂ ਮਿਲ ਜਾਏ ਤਾਂ ਸਾਰੇ ਦੁੱਖ ਉਤਰ ਜਾਂਦੇ ਨੇ ਦੇ ਨਾਨਕ ਕੋ ਪ੍ਰਭ ਰਾਖ ਲੈ ਮੇਰ ਸਾਹਿਬ ਬੰਦੀ ਮੋਚ ਸੋ ਬੰਦੀ ਖਾਨੇ ਤੋਂ ਮੋਚ ਛਡਾਉਣ ਵਾਲੇ ਮੇਰੇ ਵਾਹਿਗੁਰੂ ਰਖਕ ਜੀ ਮੈਨੂੰ ਰੱਖ ਲਓ ਇਉਂ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਚਰਣਾ ਚ ਕੱਤਕ ਹੋਵੇ ਸਾਧ ਸੰਗ ਬਿਨਸ ਸਭੇ ਸੋਚ ਕੱਤੇ ਦੇ ਮੀਨੇ ਦੁਆਰਾ ਫਰਮਾਉਂਦੇ ਨੇ ਜੇ ਪੂਰਨ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਸਾਰੇ ਫਿਕਰ ਨਾਸ ਹੋ ਜਾਂਦੇ ਨੇ ਸਤਿਗੁਰੂ ਦੀ ਸੰਗਤ ਨਾਲ ਸਾਰੇ ਫਿਕਰ ਦੂਰ ਹੋ ਜਾਂਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਹੈ ਜੀਵ ਦੇ ਉੱਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ ਆਪਣੇ ਤੇ ਕੱਤੇ ਦੇ ਮਹੀਨੇ ਤੱਕ ਦਾ ਉਪਦੇਸ਼ ਸ਼ਰਵਣ ਕੀਤਾ ਬਾਕੀ ਕੱਲ ਸ਼ਰਵਣ ਕਰਾਂਗੇ ਸਤਿਗੁਰੂ ਜੀ ਮੈਂ ਬਖਸ਼ਿਸ਼ਾਂ ਕਰਨਗੇ ਸਤਿਗੁਰੂ ਨੇ ਸਾਨੂੰ ਬਹੁਤ ਸੁੰਦਰ ਉਪਦੇਸ਼ ਸ਼ਰ ਮਹੀਨੇ ਦੇ ਰਾਹੀਂ ਦੇ ਕੇ ਸਿਰਫ ਨਾਮ ਦੀ ਹੀ ਵਿਆਖਿਆ ਕੀਤੀ ਨਾਮ ਜਪੋ ਬਈ ਨਾਮ ਬਾਣੀ ਦਾ ਪਿਆਰ ਗੁਰੂ ਵਾਲੇ ਬਣਨਾ ਗੁਰੂ ਦੀ ਮਰਿਆਦਾ ਚਾਉਣਾ ਇਹੀ ਸਾਰਿਆਂ ਨਾਲੋਂ ਵੱਡਾ ਸਤਿਗੁਰੂ ਕਹਿੰਦੇ ਸੁਖ ਪ੍ਰਾਪਤ ਹੋ ਸਕਦਾ ਹੋਰ ਕੋਈ ਰਸਤਾ ਨਹੀਂ ਹੈ ਹੋਰ ਜੇ ਕੋਈ ਤੁਹਾਨੂੰ ਰਸਤਾ ਦਿਖਾਉਂਦਾ ਵੀ ਹੈ ਉਹ ਆਪਣੇ ਮਤਲਬ ਲਈ ਆਪਣੇ ਪੈਸੇ ਕਮਾਉਣ ਲਈ ਕੋਈ ਕੁਝ ਵੀ ਦੱਸੀ ਜਾਵੇ ਅਲੱਗ ਗੱਲ ਹੈ ਅਸਲੀਅਤ ਤਾਂ ਹੈ ਨਾਮ ਨਹੀਂ ਸਾਡਾ ਭਲਾ ਕਰਨਾ